ਜੀ ਦੋਸਤੋ ਜਿਸ ਤਰ੍ਹਾਂ ਕਿ ਮੈਂ ਅੱਜ ਮੌਜੂਦ ਹਾਂ ਟਰੋਮੰਡੀ ਗਰਾਊਂਡ ਦੇ ਵਿੱਚ ਔਰ ਬਾਬਾ ਜੀ ਅਲਾਦਾ ਸਰਕਾਰ ਅਲ ਮਰੂਫ ਬਾਬਾ ਪੂਰੇ ਵਾਲੀ ਸਰਕਾਰ ਸੀਜ਼ਨ 6 ਟੂਰਨਾਮੈਂਟ ਫਲੱਡ ਨਾਈਟ ਟੂਰਨਾਮੈਂਟ ਕ੍ਰਿਕਟ ਟੂਰਨਾਮੈਂਟ ਇਸ ਵਕਤ ਜਾਰੀ ਹੈ ਤੇ ਅੱਜ ਉਸ ਦਾ ਬਕਾਇਦਾ ਇਫਤਤਾਹ ਹੈ ਤੁਸੀਂ ਇੰਤਜ਼ਾਮਾਤ ਵੇਖੋ ਇਹਨਾਂ ਦੀ ਇੰਤਜ਼ਾਮੀਆ ਦੀ ਤਰਫੋਂ ਮਾਸ਼ਾਅੱਲਾ ਬਹੁਤ ਪਿਆਰਾ ਤਰੀਕੇ ਨਾਲ ਆਗਾਜ਼ ਕਰਨ ਲੱਗੇ ਨੇ ਬਕਾਇਦਾ ਇੱਥੇ ਡੀਜੇ ਸਿਸਟਮ ਲੱਗਾ ਦਾ ਹੈ ਮਹਿਮਾਨਾਂ ਖੁਸ਼ੀਆਂ ਵਾਸਤੇ ਕੁਰਸੀਆਂ ਲੱਗੀਆਂ ਨੇ ਓਵਰ ਆਲ ਗੈਦਰਿੰਗ ਬਹੁਤ ਜ਼ਿਆਦਾ ਇੱਥੇ ਪਿਚ ਬਹੁਤ ਜ਼ਿਆਦਾ ਅੱਛੀ ਉਹਨਾਂ ਨੇ ਬਣਾਈ ਹੈ ਔਰ ਸਪੈਸ਼ਲ ਕਿਸੇ ਜਗ੍ਹਾ ਤੋਂ ਮਿੱਟੀ ਉਹਨਾਂ ਨੇ ਮੰਗਵਾ ਕੇ ਤੇ ਉਹਦੀ ਤਿਆਰੀ ਕਰਵਾਈ ਹੈ ਤੇ ਮੈਂ مزید ਉਸਤਾ ਵੀ ਤੁਹਾਨੂੰ ਵਿਜ਼ਿਟ ਕਰਵਾਣਾ ਵਾ ਬਿਸਮਿਲ੍ਲਾਹਿ ਰਹਿਮਾਨਿ ਰਹਿੀਮ ਅਲੈਕੁਮ ਦੋਸਤੋ ਤੁਹਾਡਾ ਦੋਸਤ ਐਡਮਨ ਆਪਣਾ ਟਰੋ ਮੰਡੀ ਔਰ ਮੈਂ ਅੱਜ ਲੈ ਕੇ ਆਇਆ ਸਿਆਲਕੋਟ ਵਿਲੇਜ ਲਾਈਫ ਦੇ ਨਾਲ ਇੱਕ ਨਵਾਂ ਪ੍ਰੋਗਰਾਮ ਅੱਜ ਮੈਂ ਮੌਜੂਦ ਹਾਂ ਮੰਡੀ ਟਰੋ ਗਰਾਊਂਡ ਦੇ ਵਿੱਚ ਔਰ ਸਾਡੇ ਨਾਲ ਮੌਜੂਦ ਨੇ ਸਮਾਜੀ ਕਾਰਕੁਨ ਔਰ ਇਸ ਤੋਂ ਇਲਾਵਾ ਇਸ ਇਲਾਕੇ ਦੀ ਜਾਨ ਪਹਿਚਾਨ ਇਸ ਇਲਾਕੇ ਦਾ ਮਾਨ ਔਰ ਖੇਲਾਂ ਦੇ ਵਿੱਚ ਬਹੁਤ ਵੱਡਾ ਇਨਾਮ ਇਹਨਾਂ ਦਾ ਔਰ ਸੋਸ਼ਲ ਵੈਲਫੇਅਰ ਜਿੰਨੇ ਵੀ ਕੰਮ ਹੋਣ ਬਹੁਤ ਵੱਧ ਚੜ ਕੇ ਇਹਨਾਂ ਵਿੱਚ ਹਿੱਸਾ ਲੈਂਦੇ ਨੇ ਮੇਰੀ ਮੁਰਾਦ ﺍﻟ हाज रऊफ احمد ਅਕਰਮ ਬੱਬੀ ਸਾਹਿਬ ਨੇ ਅਸੀਂ ਉਹਨਾਂ ਨਾਲ ਗੁਫ਼ਤਗੂ ਕਰਨੇ ਆ ਉਹ ਇਸ ਟੂਰਨਾਮੈਂਟ ਆਰਗੇਨਾਈਜ਼ ਕੀਤਾ ਉਹਨਾਂ ਨੇ ਮਾਸ਼ਾਅੱਲਾ ਸੀਜ਼ਨ 6 ਚੱਲ ਰਿਹਾ ਉਹਨਾਂ ਦਾ ਇਸ ਹਵਾਲੇ 'ਚ ਉਹਨਾਂ ਨਾਲ ਗੁਫ਼ਤਗੂ ਕਰਨੇ ਆ ਔਰ ਉਹਨਾਂ ਕੋਲੋਂ ਪੁੱਛਣੇ ਆ ਕਿ ਇਸ ਦਫ਼ਾ ਉਹਨਾਂ ਦੀ ਕੀ ਤਿਆਰੀਆਂ ਨੇ ਜੀ ਅਸਲਾਮੁਅਲੈਕਮ ਬਾਬਾ ਜੀ ਕੈਸੇ ਹੋ ਵਾਲੇਕੁਮ ਸਲਾਮ ਅੱਲਾ ਦਾ ਸ਼ੁਕਰ ਠੀਕ ਜੀ ਅੱਲਾ ਮਾਸ਼ਾਅੱਲਾ ਬਾਬਾ ਜੀ ਸਾਹਿਬ ਨਾਲ ਪਹਿਲੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕ ਹੋਏ ਸੀਜ਼ਨ 6 ਵਾਸਤੇ ਕਿਉਂਕਿ ਕਾਫੀ ਅਰਸੇ ਤੋਂ ਬਾਅਦ ਇਹ ਦੁਬਾਰਾ ਤੁਸੀਂ ਟੂਰਨਾਮੈਂਟ ਕਰਵਾਉਣ ਲੱਗੇ ਜੀ ਬਹੁਤ ਬਹੁਤ ਖੈਰ ਮਾਰੇ ਜੀ ਬਹੁਤ ਬਹੁਤ ਖੈਰ ਮਾਰੇ ਅੱਛਾ ਮਾਸ਼ਾਅੱਲਾ ਬਾਬਾ ਜੀ ਤੁਸੀਂ ਜਿਹੜਾ ਮੈਂ ਵੇਖ ਰਿਹਾ ਹਾਂ ਕਿ ਬਹੁਤ ਗਹਿਮਾ ਗਹਿਮੀ ਹੈ ਅੱਜ ਹੀ ਉਮੀਦ ਕਰਨੇ ਕਿ ਜਿਸ ਤਰ੍ਹਾਂ ਪੂਰੇ ਸਿਆਲਕੜ ਵਿੱਚ ਬਹੁਤ ਵੱਡਾ ਇਹ ਟੂਰਨਾਮੈਂਟ ਹੋ ਰਿਹਾ ਹੈ ਅੱਜ ਇਹ ਟੂਰਨਾਮੈਂਟ ਦਾ ਤੁਸੀਂ ਆਗਾਜ਼ ਕਰ ਰਹੇ ਹੋ ਕੀ ਤਵਕਕ ਕਰਨਿਆ ਕਿ ਇਸ ਦਫਾ ਟੂਰਨਾਮੈਂਟ ਕਿਹਦਾ ਹੋਏਗਾ ਤੁਹਾਡਾ ਇਹ ਜੀ ਬismillah ਰਹਿਮਾਨ ਰਹੀਮ ਸਭ ਤੋਂ ਪਹਿਲੇ ਸਬਾਤ ਬਹੁਤ ਬਹੁਤ ਸ਼ੁਕਰੀਆ ਤੇ ਟੂਰਨਾਮੈਂਟ ਦਾ ਜਦੋਂ ਤੱਕ ਕਰ ਲੋਗੇ ਟੂਰਨਾਮੈਂਟ ਤੇ 2 ਸਾਲ ਸਾਨੂੰ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਹੈ ਕਿ ਉਹਦੀ ਵਜ੍ਹਾ ਕੀ ਸੀ 2 ਸਾਲ ਹੋ ਗਏ ਟੂਰਨਾਮੈਂਟ ਨਹੀਂ ਕਰਾ ਸਕੇ ਸਾਸੀ ਤੇ ਸੋਚਿਆ ਹੈ ਕਿ ਜਿੰਦਰ ਇਨਸ਼ਾ ਅੱਲਾਹ ਤਾਲਾ ਆਪਣਾ ਨਾਲ ਸਾਥੀ ਦੋਸਤ ਨਾਲ ਤਾਲਮੁਲ ਕਰਨਗੇ ਇਸ ਦਫਾ ਵੀ ਸਪੈਸ਼ਲ ਸ਼ੁਕਰੀਆ ਸਰ ਜੀ ਆਮਰ ਦਾ ਮੀਆਂ ਵਿਕੀ ਦਾ ਨਦੀਮ ਦਾ ਔਰ ਬਿਸ਼ਾਰਤ ਸੇਟ ਸੇਟ تنਵੀਰ ਸਭ ਨੂੰ ਰਿਕੁਐਸਟ ਕੀਤੀ ਗਿਆ ਯਾਰ 2 ਸਾਲ ਹੋ ਗਏ ਨੇ ਕਿ ਭਈ ਟੂਰਨਾਮੈਂਟ ਨਹੀਂ ਹੋਇਆ ਤੇ ਤੁਹਾਡੀ ਮਿਹਰਬਾਨੀ ਤਾਉਣ ਕਰੋ ਤੇ ਦੁਬਾਰਾ ਟੂਰਨਾਮੈਂਟ ਨਿਕਾ ਉੱਥੋਂ ਦੁਬਾਰਾ ਜਿੱਥੋਂ ਛੱਡਿਆ ਸੀ ਉੱਥੋਂ ਸ਼ੁਰੂ ਕਰੀਏ ਦੁਬਾਰਾ ਤੇ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਮੈਂ ਇਸ਼ਾਨਮੰਦ ਹਾਂ ਉਹਨਾਂ ਦਾ ਉਹਨਾਂ ਨੇ ਆਪਣਾ ਗਰੋਰ ਨਹੀਂ ਕੀਤਾ ਉਹਨਾਂ ਨੇ ਪੂਰੀ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿ ਅਸੀਂ ਤੁਹਾਡੇ ਨਾਲ ਚੱਲਨੇ ਆ ਤਾਂ ਤੁਸੀਂ ਟੂਰਨਾਮੈਂਟ ਦਾ ਆਗਾਜ਼ ਕਰੋ ਤੁਹਾਨੂੰ ਪਤਾ ਹੈ ਉਸ ਬਾਤ ਕਿ ਮੈਂ ਤੇ ਇੱਥੇ ਇੱਥੇ ਤੇਰੇ ਅਸ਼ੀਆ ਐਨੀਮਲ ਹੋ ਰਿਆ ਨਾ ਵਾ ਜੀ ਜੀ ਬਿਲਕੁਲ ਤੇ ਇੱਥੇ ਦੇ ਜਿਹੜੇ ਮੌਜੂਦਾ ਦੋਹਰੇ ਭਾਈ ਨੇ ਦੋਸਤ ਨੇ ਉਹ ਨਾਲ ਚੱਲਣਗੇ ਤੇ ਕੰਮ ਹੁੰਦੇ ਨੇ ਮੇਰੇ ਮੈਂ ਮੇਰੇ ਇਕੱਲੇ ਦੇ ਵਸਦਾ ਕੰਮ ਨਹੀਂ ਹੈਗਾ ਨਾ ਮੈਂ ਕਰ ਸਕਣਾ ਵਾ ਲੇਕਿਨ ਮੈਂ ਜਿਨ੍ਹਾਂ ਦੇ ਨਾਮ ਲਏ ਨੇ ਕਿ ਉਹਨਾਂ ਦਾ ਮੈਂ ਦਿਲ ਦੀ ਗਹਿਰਾਈ ਨਾਲ ਸ਼ੁਕਰ ਦਾ ਕਰਨਾ ਵਾ ਕਿ ਉਹਨਾਂ ਨੇ ਇੱਕ ਐਸੇ ਪਲੇਟਫਾਰਮ ਨੂੰ ਦੁਬਾਰਾ ਸ਼ੁਰੂ ਕੀਤਾ ਕਿ ਦੇ ਨਵੀਂ نسل ਬੱਚੇ ਆ ਜਿਹੜੇ ਦੇਖਦੇ ਹੋ ਸਾਰੇ ਤੁਸੀਂ ਇਸ ਪਾਸੇ ਧਿਆਨ ਲੱਗੇਗਾ ਮੈਂ ਰਾਤ ਦੀ ਗੱਲ ਦੱਸਣਾ ਤੁਹਾਨੂੰ ਮੈਂ ਟੂਰਨਾਮੈਂਟ ਖੇਲ ਕੇ ਆਏ ਦੇਖ ਕੇ ਆਇਆ ਵਾ ਕਿ ਮੈਂ ਉੱਥੇ ਆਪਣੇ ਥੋ ਦੇ ਬੱਚਿਆਂ ਚ ਐਸਾ ਟੈਲੈਂਟ ਦੇਖਿਆ ਮਨ ਨੂੰ ਮਜ਼ਾ ਆਇਆ ਰਾਤ ਨੂੰ ਉੱਥੇ ਵੇਖ ਕੇ ਨਵੇਂ ਬੱਚੇ ਤੇ ਉਹਨਾਂ ਨੇ ਮਾਸ਼ਾਅੱਲਾਹ ਦੀ ਅੱਛੀ ਗੇਮ ਉਥੇ ਵਹਾਈਏ ਫਸੀ ਉਥੇ ਫਾਈਨਲ ਅੱਜ ਜਾਣਾ ਬਗਾਇਦਾ ਫਾਈਨਲ ਖੇਲਣ ਵੀ ਔਰ ਇਨਸ਼ਾਅੱਲਾ ਵਨ ਕਰਕੇ ਉੱਥੇ ਆਣਾ ਹੈ ਤੇ ਸਿਰਫ ਇਹ ਇੱਕ ਚੀਜ਼ ਹੁੰਦਾ ਹੈ ਕਿ ਦਿਲਚਸਪੀ ਲੈਣੀ ਨਵੇਂ ਬੱਚੇ ਉੱਥੇ ਨੇ ਉਹ ਵੀ ਲਈ ਔਰ ਆਪਣੇ ਆਪ ਨੂੰ ਇੰਨਾ ਉਹਨਾਂ ਨੇ ਨਵੇਂ ਬੱਚਿਆਂ ਨੇ ਆਪਣੇ ਆਪ ਨੂੰ ਵਹਾਇਆ ਆਪਣਾ ਆਪ ਕਿ ਰਾਤ ਨੂੰ ਉਹਨਾਂ ਨੇ ਬਹੁਤ ਅੱਛੀ ਕ੍ਰਿਕਟ ਤੇ ਖੇਲੀ ਤੇ ਅਸੀਂ ਉਮੀਦ ਕਰਨੇ ਆ ਇਨਸ਼ਾ ਅੱਲਾਹ ਹੋਣਾ ਠੋ ਮੰਡੀ ਦਾ ਟੂਰਨਾਮੈਂਟ ਸ਼ੁਰੂ ਹੋ ਰਿਹਾ ਹੈ ਇਹ ਵੀ ਟੂਰਨਾਮੈਂਟ ਬੜੇ ਆਪਣਾ ਇੱਕ ਪੂਰ ਜ਼ੋਰ ਤਰੀਕੇ ਨਾਲ ਸ਼ੁਰੂ ਹੋਏਗਾ ਔਰ ਅੱਛੇ ਤਰੀਕੇ ਨਾਲ ਅਸੀਂ ਉਮੀਦ ਕਰਨੇ ਆ ਸੀਜ਼ਨ 6 ਬਾਬਾ ਜੀ ਅਲਾਦਾਰ ਕ੍ਰਿਕਟ ਟੂਰਨਾਮੈਂਟ ਹਾਂਜੀ ਔਰ ਐਸਾ ਦੋਸਤਾਂ ਦੇ ਤਾਬੂ ਨਾਲ ਚੱਲਣਾ ਹੈ ਇਨਸ਼ਾ ਅੱਲਾਹ ਮੈਂ ਉਮੀਦ ਕਰਨਾ ਵਾਂ ਜਿਸ ਤਰ੍ਹਾਂ ਹੋਂ ਦਿਲਚਸਪੀ ਲੈ ਆਨੇ ਨੇ ਪੂਰਾ ਟੂਰਨਾਮੈਂਟ ਚੀ ਦਿਲਚਸਪੀ ਲੈ ਕੇ ਨੋਛੇ ਤਰੀਕੇ ਨਾਲ ਪਾਇ ਤਕਮੀਲ ਤੇ ਪਹੁੰਚਾਂਗੇ ਮਾਸ਼ਾ ਅੱਲਾਹ ਅੱਛਾ ਬਾਬਾ ਜੀ ਦੂਸਰਾ ਸਾਨੂੰ ਇਹ ਦੱਸੋ ਕਿ ਮਾਸ਼ਾ ਅੱਲਾਹ ਛਟਾ ਸੀਜ਼ਨ ਸ਼ੁਰੂ ਹੋ ਗਿਆ ਹੈ ਇਸ ਟੂਰਨਾਮੈਂਟ ਦਾ ਇਸ ਤੋਂ ਪਹਿਲੇ 5 ਸੀਜ਼ਨ ਗੁਜ਼ਰੇ ਨੇ ਇਹਦਾ ਟਨੋਰ ਤਕਰੀਬਨ ਕਿੰਨਾ ਹੁੰਦਾ ਹੈ ਕਿਤਨੇ ਅਰਸੇ ਦੇ ਵਿੱਚ ਵਿੱਚ ਤੁਸੀਂ ਇਹ ਟੂਰਨਾਮੈਂਟ ਨੂੰ ਮੁਕੰਮਲ ਕਰ ਲੈਂਦੇ ਹੋ ਔਰ ਇਹਦੇ ਵਿੱਚ ਤਕਰੀਬਨ ਕਿਤਨੀਆਂ ਟੀਮਾਂ ਤੁਹਾਡੇ ਇਲਮ ਵਿੱਚ ਨੇ ਕਿ ਇੱਥੇ ਮੁਕਾਬਲੇ ਵਿੱਚ ਹਿੱਸਾ ਲੈਂਦੀਆਂ ਨੇ ਔਰ ਓਵਰਹਾਲ ਤੁਸੀਂ ਕੀ ਵੇਖਦੇ ਹੋ ਕਿ ਪਹਿਲੇ ਨਾਲੋਂ ਜ਼ਿਆਦਾ ਜੋਸ਼ੋ-ਖਰੋਸ਼ ਆਵਾਮ ਵਿੱਚ ਆ ਰਿਹਾ ਹੈ ਖੇਡਾਂ ਦੀ ਤਰਫ ਗਾਮਜ਼ਨ ਹੋ ਰਹੇ ਨੇ ਜਾਂ ਇਹ ਸਿਰਫ ਮਾਂ ਦੀ ਪੈ ਰਹੇ ਨੇ ਜਾਂ ਕਮ ਹੁੰਦੇ ਜਾ ਰਹੇ ਨੇ ਖਿਡਾਰੀਆਂ ਦਾ ਇਸ ਤਰ੍ਹਾਂ ਦਾ ਸ਼ੌਗਲ ਮੇਲਾ ਜਾਂ ਖਿਡਾਰੀਆਂ ਦੇ ਖੇਡ ਵਗੈਰਾ ਜਿਹੜਾ ਸੀਜ਼ਨ 6 ਦੇ ਮਤਲਬ ਤੁਸੀਂ ਕੀ ਪੁੱਛਿਆ ਸੀ ਸੀਜ਼ਨ 6 ਦੇ ਮਤਲਬ ਇਹ ਹੈ ਕਿ ਓਵਰ ਆਲ ਜਿਹੜੇ ਪੰਜ ਸੀਜ਼ਨ ਪਹਿਲੇ ਗੁਜ਼ਰੇ ਨੇ ਹਾਂ ਐਸ ਦਫਾ ਅਸੀਂ ਉਮੀਦ ਕਰਨੇ ਆਂ ਇਨਸ਼ਾ ਅੱਲਾਹ ਅਸੀਂ ਤੇ ਲਾਸਟ ਮੇਰੇ ਨਾਲ 60 ਤੋਂ 70 ਟੀਮਾਂ ਹੁੰਦੀਆਂ ਸੀ ਲੇਕਿਨ ਐਸ ਦਫਾ ਅਸੀਂ ਉਮੀਦ ਕਰਨੇ ਆਂ ਕਿ ਜ਼ਿਆਦਾ ਟੀਮਾਂ ਇਹਦੇ ਚਾਹ ਨਹੀਂ ਟੂਰਨਾਮੈਂਟ ਚ ਔਰ ਇਸ ਟੂਰਨਾਮੈਂਟ ਨੂੰ ਦਬਾਲਾ ਕਰਨ ਗਿਆ ਔਰ ਉਮੀਦ ਕਰਨੇ ਆ ਲੇਕਿਨ ਮੈਂ ਆਪਣੇ ਦੋਸਤਾਂ ਨੂੰ ਵੀ ਕੀਤੀ ਹੈ ਦਰਖਾਸਤ ਆਪਣੇ ਜਿਹੜੀ ਇੰਤਜ਼ਾਮੀਆਂ ਮੇਨ ਮੀਆਂ ਨਦੀਮ ਹੋ ਗਏ ਜਾਂ ਸਰਜੀ ਅਮਰ ਹੋ ਗਏ ਮੀਆਂ ਵਿੱਕੀ ਹੋ ਗਏ ਤੁਸੀਂ ਤਕਰੀਬਨ 60 ਕਿਟੀਮਾ ਰੱਖੋ ਤਾਕਤ ਛੋਟਾ ਟੂਰਨਾਮੈਂਟ ਰਵੇ ਜ਼ਿਆਦਾ ਵੀ ਤੁਹਾਨੂੰ ਪਤਾ ਅੱਗੋਂ ਫਿਰ ਚੱਲਣਾ ਫਿਰ ਕੋਈ ਬਾਰਸ਼ਾਂ ਦਾ ਸੀਜ਼ਨ ਸ਼ੁਰੂ ਹੋਣਾ ਹੈ ਅਸੀਂ ਇਹਨੂੰ ਟੂਰਨਾਮੈਂਟ ਉਸ ਪਹਿਲੇ ਪਹਿਲੇ ਖਤਮ ਕਰਨਾ ਹੈ ਅੰਦਾਜ਼ਨ ਕਿੰਨਾ ਇਹ ਅੰਦਾਜ਼ਾ ਤੁਹਾਨੂੰ ਕਿ ਇਤਨੇ ਅਸੀਂ ਇਹ ਤਕਰੀਬਨ ਤਕਰੀਬਨ ਅਸੀਂ ਸੋਚ ਵੀ ਮੱਛੀ ਸਾਹਿਬ ਦੋਸਤਾਂ ਨਾਲ ਕੀਤਾ ਹੈ ਤਕਰੀਬਨ 15 ਮਈ ਨੂੰ ਸ਼ੁਰੂ ਹੋ ਰਿਹਾ 15 ਜੂਨ ਤੱਕ ਚੱਲਣਾ ਚਾਹੀਦਾ ਟੂਰਨਾਮੈਂਟ ਦਾ ਠੀਕ ਹੋ ਗਿਆ 1 ਮਹੀਨੇ ਦੇ ਵਿੱਚ ਇਸ ਤੋਂ ਪਹਿਲੇ ਜਿਹੜੇ ਤੁਹਾਡੇ ਟੂਰਨਾਮੈਂਟ ਹੁੰਦੇ ਨੇ ਕਿੰਨਾ ਅਰਸਾ ਤਕਰੀਬਨ ਮੇਰੇ ਹਾਂ 40 40 45 ਦਿਨ ਵੀ ਗਏ ਕਿਉਂ ਜੀ 45 ਦਿਨ ਵੀ ਗਏ ਨੇ ਤੇ ਅੱਗੋਂ ਅਗਲੇ 15 ਜੂਨ ਤੱਕ ਸਾਡੀ ਕੋਸ਼ਿਸ਼ ਨੂੰ ਮੁਕਾਈਏ ਕਿਉਂਕਿ ਤੁਹਾਨੂੰ ਪਤਾ ਕਿ ਫਿਰ بارشਾਂ ਸ਼ੁਰੂ ਹੋਣੀਆਂ ਤੇ ਫਿਰ ਮਸਲਾ ਹੋ ਜਾਣਾ। ਬਾਬਾ ਜੀ ਓਵਰ ਆਲ ਤੁਹਾਡੇ ਨਾਲ ਇਸ ਇਲਾਕੇ ਵਿੱਚ ਤੁਸੀਂ ਤਾਂ ਚਲੋ ਮਾਸ਼ਾਅੱਲਾ ਇਸ ਮਾਮਲੇ ਤੇ ਵਰਕ ਕਰਦੇ ਹੋ। ਓਵਰ ਆਲ ਸਾਡੇ ਇਲਾਕੇ ਵਿੱਚ ਜਿਹੜੇ ਸਮਾਜੀ ਕਾਰਕੁਨ ਨੇ ਜਾਂ ਸਿਆਸੀ ਕਾਰਕੁਨ ਨੇ ਉਹ ਤੁਹਾਡੇ ਨਾਲ ਤਾਲਮੇਲ ਕਰਦੇ ਨੇ ਜਾਂ ਤੁਹਾਡੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਨੇ ਕਿ ਇਸ ਤਰ੍ਹਾਂ ਦੇ ਮਾਮਲੇ ਚੱਲਨੇ ਚਾਹੀਦੇ। ਅਸਲ ਇਹਦੇ ਜਿੰਨਾ ਦਿਲਚਸਪੀ ਦੀ ਗੱਲ ਹੁੰਦੀ ਹੈ ਮੈਂ ਅ ਪਨਾਸ਼ੋਕ ਵੀ ਕਹਿ ਸਕਦੇ ਹਾਂ। ਅਸੀਂ ਆਪਣੀ ਆਪਣੀ ਲਾਈਫ ਹੀ ਬੜੀ ਕ੍ਰਿਕਟ ਖੇਲੀ ਹੈ। ਲੇਕਿਨ ਉਹ ਜਦੋਂ ਇੱਥੇ ਆਏ ਆ ਇੱਥੇ ਆ ਕੇ ਜਦੋਂ ਆਪਣੇ ਪਿੰਡ ਦੇ ਬੰਦੇ ਨੂੰ ਬੱਚਿਆਂ ਨੂੰ ਖੇਡਣਾ ਵੇਖੀਦਾ ਤੇ ਸ਼ੌਕ ਪੈਦਾ ਹੁੰਦਾ ਕਿ ਯਾਰ ਇਹਨਾਂ ਨੂੰ ਅਸੀਂ ਹੌਸਲਾ ਅਫਜ਼ਾਈ ਕਰੀਏ ਮੈਨੂੰ ਅਸੀਂ ਮੈਂ ਕਿਸੇ ਕੋਲ ਜਾਵਾਂ ਤੇ ਅਸੀਂ ਕਿਸੇ ਨੂੰ ਕਹੀਏ ਤੇ ਇਨਸ਼ਾ ਸਾਨੂੰ ਕੋਈ ਨਾ ਨਹੀਂ ਕਰੇਗਾ ਲੇਕਿਨ ਅੱਲਾਹ ਦਾ ਸ਼ੁਕਰ ਹੈ ਅਸੀਂ ਕਿਸੇ ਨੂੰ ਕਹਿਣ ਨਹੀਂ ਕੋਈ ਨਹੀਂ ਅਸੀਂ ਨਾ ਕਿਸੇ ਨੂੰ ਕਹਿਣਾ ਆਪਣੇ ਜੇਬ 'ਚ ਹੀ ਖਰਚ ਕਰਨਾ ਸਰ ਆਪਣੇ ਜੇਬ 'ਚ ਹੀ ਕਰਵਾਉਣਾ ਆਪਣੇ ਜੇਬ 'ਚ ਹੀ ਟੂਰਨਾਮੈਂਟ ਕੋਲ ਕੋਲ ਤੋਂ ਮੁਕਮਲ ਕਰਨਾ ਇਨਸ਼ਾ ਅੱਲਾਹ ਇਸ ਦਫਾ ਤੁਸੀਂ ਕੀ ਦੇ ਰਹੇ ਇਨਾਮ ਦੇ ਵਿੱਚ ਜਿਹੜਾ ਤੁਹਾਡਾ ਸੀਜ਼ਨ 6 ਸੇ ਦੇ ਵਿੱਚ ਕੀ ਪੈਕੇਜ ਅਸੀਂ ਅਸੀਂ ਇਹਦੇ 'ਚ ਕਿ ਆਪਣਾ ਸਭ ਤੋਂ ਪਹਿਲੇ ਆਵੇ ਕਿ ਇਹ ਲੱਖ ਰੁਪਿਆ ਇਨਾਮ ਰੱਖਿਆ ਹੈ ਵਿਨਿੰਗ ਟੀਮ ਨੂੰ 30 ਹਜ਼ਾਰ ਸੈਕੰਡ ਟੀਮ ਨੂੰ ਨਾਲ ਟਰਾਫੀਆਂ ਰੱਖੀਆਂ ਨੇ ਬਹੁਤ ਜ਼ਿਆਦਾ ਉਹ ਵੀ ਬੜੇ ਨਾਮਵਾਨ ਨੇ ਜੂੰ ਜੂ ਕੇ ਚੱਲੋਗੇ ਤੁਹਾਨੂੰ ਇਨਸ਼ਾ ਅੱਲਾਹ ਇੱਕ ਅੱਛੇ ਇਸ ਟੂਰਨਾਮੈਂਟ ਨੂੰ ਵੇਖਣ ਮਿਲੇਗਾ ਇਨਸ਼ਾ ਅੱਲਾਹ ਉਮੀਦ ਕਰਦੇ ਹਾਂ ਕਿ ਇਹ ਟੂਰਨਾਮੈਂਟ ਕਾਮਯਾਬ ਹੋਏਗਾ ਇਨਸ਼ਾ ਅੱਲਾਹ ਬਿਲਕੁਲ ਇਨਸ਼ਾ ਅੱਲਾਹ ਇਨਸ਼ਾ ਅੱਲਾਹ ਜਿਸ ਅੱਲਾਹ ਤਾਲਾ ਤੋਂ ਬਾਅਦ ਅੱਲਾਹ ਤਾਲਾ ਜਿਸ ਆਪਣਾ ਸੀਐਨ ਜਿਸ ਨਾਮ ਤੋਂ ਅਸੀਂ ਟੂਰਨਾਮੈਂਟ ਰੱਖਿਆ ਨਾ ਇਨਸ਼ਾ ਅੱਲਾਹ ਇਹ ਕਾਮਯਾਬੀ ਕਾਮਯਾਬੀ ਹੈ ਇਨਸ਼ਾ ਅੱਲਾਹ ਸਾਡਾ ਈਮਾਨ ਹੈ ਕਿ ਜਿੰਨਾ ਅਲੀ ਦੇ ਵਲੀ ਦੇ ਨਾਮ ਅੱਲਾਹ ਦੇ ਵਲੀ ਦੇ ਨਾਮ ਤੋਂ ਅਸੀਂ ਟੂਰਨਾਮੈਂਟ ਰੱਖਿਆ ਹੈ ਔਰ ਇਹ ਮਨ ਨੂੰ ਕਹਿ ਰਹੇ ਸੀ ਕੁਝ ਲੋਕ ਅੱਜ ਦੱਸ ਰਹੇ ਸੀ ਕਿ ਭਈ ਬਾਬਾ ਜੀ ਧਿਆਨ ਨਾਲ ਲੜਾਈਆਂ ਬਹੁਤ ਟੂਰਨਾਮੈਂਟਾਂ 'ਚ ਹੋ ਰਹੀਆਂ ਆ ਇਹ ਹੋ ਰਿਹਾ ਮੋ ਰਿਹਾ ਤੇ ਅਸਲਾਮੁਅਲੈਕ ਮੈਂ ਉਹਨਾਂ ਨੂੰ ਉਹਨਾਂ ਨੇ ਵੀ ਦੱਸਿਆ ਮੈਂ ਕਿਹਾ ਕਿ ਜਿਸ ਠੀਕ ਲੜਾਈਆਂ ਟੂਰਨਾਮੈਂਟ ਚ ਹੁੰਦੀਆਂ ਨੇ ਸਭ ਕੁਝ ਹੁੰਦਾ ਪਿਆ ਲੇਕਿਨ ਜਿਸ ਅੱਲਾ ਦੇ ਬਲੇ ਤੋਂ ਨਾਸੀ ਟੂਰਨਾਮੈਂਟ ਰੱਖਿਆ ਹੈ ਸੱਤੇ ਹੀ ਖਰਾ ਹੋਣਗੇ ਇਨਸ਼ਾ ਅੱਲਾ ਤਾਲਾ ਇਨਸ਼ਾ ਅੱਲਾ ਮਾਸ਼ਾ ਅੱਲਾ ਇਨਸ਼ਾ ਅੱਲਾ ਬਹੁਤ ਸ਼ੁਕਰੀਆ ਬਾਬਾ ਜੀ ਜੀ ਬਹੁਤ ਮਿਹਰਬਾਨੀ ਬਤ ਬਾਬਾ ਜੀ ਰੌਫ احمد ਅਕਰਮ ਬਬੀ ਸਾਹਿਬ ਸਾਡੇ ਨਾਲ ਮੌਜੂਦ ਸਾਰਾ ਉਹਨਾਂ ਨੇ ਬੜੇ ਅੱਛੇ ਅੰਦਾਜ਼ ਵਿੱਚ ਆਪਣੇ ਜਜ਼ਬਾਤ ਦਾ ਇਜ਼ਹਾਰ ਕੀਤਾ ਹੈ ਇਨਸ਼ਾ ਅੱਲਾ ਮਜੀਦ ਤੁਹਾਡੇ ਨਾਲ ਹੋਰ ਜਿਹੜੇ ਦੋਸਤਾਂ ਬਾਬ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਤੁਹਾਨੂੰ ਮਜੀਦ ਇਸ ਤੋਂ متعلق ਦੱਸਾਂਗੇ